ਗੁੱਡ ਮਾਰਨਿੰਗ एवरीवन ਜੋ ਵੀ ਮੇਰੇ ਸਾਥੀ ਪੀਸੀਐਸ ਦੀ ਤਿਆਰੀ ਕਰ ਰਹੇ ਆ ਜਾਂ ਪੀਸੀਐਸ ਦੀ ਤਿਆਰੀ ਕਰਨਾ ਚਾਹੁੰਦੇ ਆ ਜਾਂ ਹੋਰ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਜਾਂ ਕਰਨਾ ਚਾਹੁੰਦੇ ਆ ਉਹਨਾਂ ਸਾਰਿਆਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਨਾ ਕਿ ਉਹ ਪ੍ਰੀਵੀਅਸ ਈਅਰ ਕਵਰ ਕਰਨਾ ਕਦੇ ਵੀ ਨਾ ਭੁੱਲਣ ਜੀ ਜੋ ਵੀ ਮੇਰੇ ਸਾਥੀ ਹੁਣ ਪੀਸੀਐਸ 2013 ਦਾ ਪੇਪਰ ਦੇਣਾ ਚਾਹੁੰਦੇ ਆ ਉਹਨਾਂ ਸਾਰਿਆਂ ਨੂੰ ਮੈਂ ਰਿਕਵੈਸਟ ਕਰਨਾ ਚਾਹੁੰਨਾ ਕਿ ਉਹ ਪਿਛਲੇ ਤਿੰਨ ਵਾਰ ਦੇ ਪੀਸੀਐਸ ਦੇ ਪੇਪਰ ਡਾਊਨਲੋਡ ਕਰਕੇ ਉਦੇ ਸਾਰੇ ਕੁਐਸਚਨਸ ਨੂੰ ਚੰਗੀ ਤਰ੍ਹਾਂ ਕਵਰ ਕਰ ਲੈਣਾ ਠੀਕ ਹੈ ਜੀ ਐਂਡ ਯੂਪੀਐਸਸੀ ਦੇ ਵੀ ਪਿਛਲੇ 5 ਸਾਲ ਦੇ ਪੇਪਰ ਜਿਹੜੇ ਹੈਗੇ ਉਹ ਡਾਊਨਲੋਡ ਕਰਕੇ ਤੁਸੀਂ ਉਹਨਾਂ ਨੂੰ ਵੀ ਕਵਰ ਕਰਨਾ ਪੀਸੀਐਸ 2023 ਦੇ ਲਈ ਇਸ ਤੋਂ ਇਲਾਵਾ ਤੁਸੀਂ ਪੀਸੀਐਸ 2023 ਦੇ ਲਈ ਜੋ ਪੀਪੀਐਸਸੀ ਦੇ ਦੁਆਰਾ ਨੈਪ ਸੀਲਦਾਰ ਅਤੇ ਕੋਆਪਰੇਟਿਵ ਸੁਸਾਇਟੀ ਦੇ ਇਨਸਪੈਕਟਰ ਦਾ ਪੇਪਰ ਲਿਆ ਗਿਆ ਸੀ ਉਹਨੂੰ ਵੀ ਡਾਊਨਲੋਡ ਕਰਕੇ ਉਹਨੂੰ ਵੀ ਚੰਗੀ ਤਰ੍ਹਾਂ ਕਵਰ ਕਰ ਲੈਣਾ ਜੀ ਠੀਕ ਹੈ ਨਾ ਇਹ ਕਵਰ ਕਰਨਾ ਤੁਹਾਨੂੰ ਤੁਹਾਡੇ ਬਾਕੀ ਜਿਹੜੇ ਫੈਲੋ ਐਸਪੀਰੈਂਟਸ ਆ ਉਹਨਾਂ ਨੂੰ ਇੱਕ ਇੱਜ ਦਊਗਾ ਹੁਣ ਇਹ ਪ੍ਰੀਵੀਅਸ ਈਅਰ ਕੁਐਸਚਨ ਪੇਪਰ अटेम्प्ट ਕਰਨਾ ਕਿਉਂ ਜ਼ਰੂਰੀ ਹੈ ਕਵਰ ਕਰਨਾ ਕਿਉਂ ਜ਼ਰੂਰੀ ਹੈ ਇਹਦੇ ਤਿੰਨ ਰੀਜ਼ਨ ਮੈਂ ਤੁਹਾਨੂੰ ਦੇਣਾ ਚਾਹਣਾ ਫਸਟ ਆਫ ਆਲ ਤਾਂ ਜੀ ਇਹ ਤੁਹਾਨੂੰ ਐਗਜ਼ਾਮੀਨਰ ਦਾ ਜਿਹੜਾ ਮਾਈਂਡ ਆ ਉਹ ਰੀਡ ਕਰਨ ਦੇ ਵਿੱਚ ਹੈਲਪ ਕਰਦਾ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਸੇ ਟੌਪਿਕ ਦੇ ਵਿੱਚ ਕੁਐਸਚਨ ਕਿਸ ਤਰ੍ਹਾਂ ਸੈੱਟ ਹੋ ਸਕਦਾ ਬਿਕੋਜ਼ ਜਦੋਂ ਕਈ ਵਾਰ ਅਸੀਂ ਪੜ ਰਹੇ ਹੁੰਨੇ ਆ ਨਾ ਤਾਂ ਅਸੀਂ ਉਸ ਟੌਪਿਕ ਨੂੰ ਉਸ ਤਰ੍ਹਾਂ ਨਹੀਂ ਪੜ ਰਹੇ ਹੁੰਦੇ ਇਸ ਤਰ੍ਹਾਂ ਸਾਨੂੰ ਉਹਨੂੰ ਐਗਜ਼ਾਮਿਨੇਸ਼ਨ ਪੁਆਇੰਟ ਆਫ ਊ ਤੇ ਪੜ੍ਹਨਾ ਹੁੰਦਾ ਠੀਕ ਹੈ ਕਈ ਵਾਰ ਅਸੀਂ ਨਾ ਉਹ ਪ੍ਰੋਪਰ ਟੌਪਿਕ ਜਿਹੜਾ ਹੈਗਾ ਪੜ੍ਹ ਕੇ ਲੰਗਾ ਦਿੰਨੇ ਆ ਲੇਕਿਨ ਜੋ ਅੰਦਰਲੀ ਬਰੀਕ ਚੀਜ਼ ਹੁੰਦੀ ਹੈ ਜੋ ਪੇਪਰ ਦੇ ਪੁਆਇੰਟ ਆਫ ਊ ਜ਼ਰੂਰੀ ਆ ਉਹ ਅਸੀਂ ਸਮ ਟਾਈਮਸ ਇੰਕਲੈਕਟ ਕਰ ਦਿੰਨੇ ਆ ਸੋ ਜਦੋਂ ਅਸੀਂ ਉਸ ਟੌਪਿਕ ਚ ਕੁਐਸਚਨ ਦੇਖਦੇ ਆ ਪ੍ਰੀਵੀਅਸ ਈਅਰ ਕੁਐਸਚਨਾਂ ਦੇ ਵਿੱਚੋਂ ਤਾਂ ਸਾਨੂੰ ਪਤਾ ਲੱਗਦਾ ਵੀ ਹਾਂ ਇਹ ਇਸ ਟੌਪਿਕ ਚ ਕੁਐਸਚਨ ਇਸ ਤਰ੍ਹਾਂ ਵੀ ਸੈੱਟ ਹੋ ਸਕਦਾ ਠੀਕ ਹੈ ਨਾ ਤਾਂ ਇਸ ਤਰ੍ਹਾਂ ਕੀ ਹੁੰਦਾਗਾ ਸਾਡੀ ਜਿਹੜੀ ਤਿਆਰੀ ਹੁੰਦੀ ਹੈ ਨਾ ਉਹ ਕਵੈਸਚਨ ਪੇਪਰ ਦੇ ਨਾਲ ਅਲਾਈਨ ਹੋ ਜਾਂਦੀ ਹੈ ਐਗਜ਼ਾਮੀਨੇਸ਼ਨ ਨਾਲ ਕੀ ਹੋ ਜਾਂਦੀ ਹੈ ਅਲਾਈਨ ਹੋ ਜਾਂਦੀ ਹੈ ਜਿਹੜੀ ਕਿ ਸਾਨੂੰ ਬਾਕੀ ਨਾਲ ਇੱਕ ਜਿੰਨ ਵਿੱਚ ਹੈਲਪ ਕਰਦੀ ਹੈ ਠੀਕ ਹੈ ਨਾ ਸੋ ਸੈਕੰਡ ਹੁੰਦਾ ਜੀ ਇਹ ਸਾਡਾ ਜਿਹੜਾ ਕੰਫੀਡੈਂਸ ਹੈ ਨਾ ਉਹ ਬੂਸਟ ਕਰਨ ਹੈਲਪ ਕਰ ਦਿੰਦੀ ਹੈ ਸਾਡਾ ਜਿਹੜਾ ਮੋਰਲ ਉਖਾਈ ਹੋ ਜਾਂਦਾ ਬਿਕੋਜ਼ ਜਦੋਂ ਅਸੀਂ ਸਿਲੇਬਸ ਨੂੰ ਕਵਰ ਕਰ ਲਿਆ ਹੁੰਦਾ ਠੀਕ ਹੈ ਐਂਡ ਜਦੋਂ ਸਿਕ ਫਿਰ ਉਸ ਤੋਂ ਬਾਅਦ ਕਵੈਸਚਨ ਪੇਪਰ ਜਿਹੜੇ ਪੁਰਾਣੇ ਹੁੰਦੇ ਆ ਉਹ ਚੱਕ ਕੇ ਸੋਲਵ ਕਰਦੇ ਆ ਐਂਡ ਉਹ ਵਧੀਆ ਅਸੀਂ ਸੋਲਵ ਕਰ ਪਾਉਣੇ ਆ ਤਾਂ ਸਾਡੇ ਅੰਦਰ ਇੱਕ ਫੀਲਿੰਗ ਆਉਂਦੀ ਵੀ ਹਾਂ ਇਸ ਤਰ੍ਹਾਂ ਦੇ ਕੁਐਸਚਨ ਮੈਂ ਐਗਜ਼ਾਮੀਨੇਸ਼ਨ ਦੇ ਵੇਲੇ ਵੀ ਹੈਂਡਲ ਕਰ ਸਕਦਾ ਠੀਕ ਹੈ ਨਾ ਸੋ ਇਹ ਜਿਹੜੀ ਫੀਲਿੰਗ ਹੁੰਦੀ ਹੈ ਇਹ ਆਪਣੇ ਲਈ ਆਣੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਤਰ੍ਹਾਂ ਜਿਹੜਾ ਕੰਫੀਡੈਂਸ ਹੁੰਦਾ ਨਾ ਇਹ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਐਂਡ ਤੀਜੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ ਉਹ ਹੁੰਦੀ ਜੀ ਕੁਐਸਚਨ ਦੀ ਰਿਪੀਟ ਕਵੈਸਚਨ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਰਿਪੀਟ ਹੁੰਦੇ ਆ ਦੇਖੋ ਇਹਦੇ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ ਚਾਹਣਾ ਕਿ ਇੱਕ ਅਟਾਰਨੀ ਜਨਰਲ ਦਾ ਟੌਪਿਕ ਹੁੰਦਾ ਪਾਲਿਟੀ ਦੇ ਵਿੱਚ ਠੀਕ ਹੈ 2015 ਦੇ ਵਿੱਚ ਵੀ ਅਟਾਰਨੀ ਜਨਰਲ ਦੇ ਵਿੱਚੋਂ ਕਵੈਸਚਨ ਆਇਆ ਹੋਇਆ ਹੈ ਬੀਸੀਐਸਸੀ ਦੇ ਵਿੱਚ ਐਂਡ 2018 ਦੇ ਵਿੱਚ ਵੀ ਕਵੈਸਚਨ ਆਇਆ ਹੋਇਆ ਐਂਡ 2021 ਦਾ ਪੇਪਰ ਜਿਹੜਾ ਹੋਇਆ ਸੀ ਉਹਦੇ ਵਿੱਚ ਵੀ ਕਵੈਸਚਨ ਆਇਆ ਹੋਇਆ ਠੀਕ ਹੈ ਇਸ ਲਗਾਂ ਜਦੋਂ ਅਪ ਸਾਇੰਸ ਟੌਪਿਕ ਦੀ ਗੱਲ ਕਰਦੇ ਆ ਤਾਂ ਇੱਕ ਟੋਟਲ ਇੰਟਰਨਲ ਰਿਫਲੈਕਸ਼ਨ ਦਾ ਟੌਪਿਕ ਆ ਉਹਦੇ ਵਿੱਚੋਂ 2015 ਦੇ ਵਿੱਚ ਵੀ ਕਵੈਸਚਨ ਆਇਆ ਹੋਇ ਐਂਡ 2000 ਤੇ 18 ਦੇ ਵਿੱਚ ਵੀ ਕੁਐਸਚਨ ਆਇਆ ਹੋਇਆ ਸਿਮਿਲਰਲੀ ਕਮੇਟੀਆਂ ਦੇ ਉੱਪਰ ਵੀ ਕੁਐਸਚਨ ਜਿਹੜੇ ਹੈਗੇ ਆ ਉਹ 2015 ਦੇ ਵਿੱਚ ਵੀ ਆਏ ਸੀ ਐਂਡ 2018 ਦੇ ਵਿੱਚ ਵੀ ਆਏ ਸੀ ਸੋ ਇਸ ਤਰ੍ਹਾਂ ਜਿਹੜੀ ਕੁਐਸਚਨ ਦੀ ਰੈਪੀਟੀਸ਼ਨ ਆ ਦੇਖੋ ਇਹ ਸਾਨੂੰ ਥੋੜੇ-ਮੋਟੇ ਜਿਹੜੇ ਮਾਰਕਸ ਆ ਉਹ ਇਨਹਾਂਸ ਕਰਨ ਉਚ ਹੈਲਪ ਕਰਦੀ ਹੈ ਸੋ ਇਸ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਦੱਸਣਾ ਚਾਹਣਾ ਕਿ ਜਦੋਂ ਤੁਸੀਂ ਪ੍ਰੀਵਿਅਸ ইয়ার ਕੁਐਸਚਨ ਐਨਾਲਾਈਜ਼ ਕਰ ਰਹੇ ਹੁੰਦੇ ਹੋ ਤਾਂ ਸਿਰਫ ਤੁਸੀਂ ਇਹ ਨਹੀਂ ਦੇਖਣਾ ਕਿ ਹਾਂਜੀ ਇਹਦਾ ਆਨਸਰ ਏ ਆ ਗਿਆ ਇਹਦਾ ਆਨਸਰ ਬੀ ਆ ਗਿਆ ਨਹੀਂ ਇਸ ਤਰ੍ਹਾਂ ਨਹੀਂ ਜਿਹੜੀਆਂ ਆਪਸ਼ਨਸ ਸੁਣਨ ਦਿੱਤੀਆਂ ਹੁੰਦੀਆਂ ਹਨ ਨਾ ਕੁਐਸਚਨ ਦੇ ਵਿੱਚ ਜਿਵੇਂ ਸਪੋਜ਼ ਕਰੋ ਕਿ ਕੁਐਸਚਨ ਉਹਦੀ ਉਹਦੀਆਂ 4 ਆਪਸ਼ਨਸ ਆ ਜੇਕਰ ਉਹਦੀ ਏ ਆਪਸ਼ਨ ਟਰੂ ਆ ਤਾਂ ਤੁਸੀਂ ਬੀ ਸੀ ਡੀ ਆਪਸ਼ਨ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਨੀ ਹੈ ਇਸ ਤਰ੍ਹਾਂ ਕਰਨਾ ਤੁਹਾਡਾ ਨੋਲੇਜ ਬੈਂਕ ਆ ਉਹ ਵੀ ਇਨਹਾਂਸ ਹੋਊਗਾ ਐਂਡ ਇਹ ਵੀ ਹੋ ਸਕਦਾ ਕਿ ਜਿਹੜੀ ਉਹ ਬੀ ਸੀ ਡੀ ਆਪਸ਼ਨਾਂ ਦਿੱਤੀ ਹੋਈ ਹੈ ਉਸੇ ਨੂੰ ਹੀ ਉਹ ਆਧਾਰ ਬਣਾ ਕੇ ਨੈਕਸਟ ਪੇਪਰ ਦੇ ਵਿੱਚ ਕੁਐਸਚਨ ਪੁੱਛਦੇ ਹਨ ਸੋ ਸਾਰਿਆਂ ਇਹਨਾਂ ਗੱਲਾਂ ਧਿਆਨ ਰੱਖਣਾ ਥੈਂਕ ਯੂ